ਨਮਸਕਾਰ ਖਬਰਾਂ ਦੇ ਸਬਿਲਟੈਂਚ ਤੁਹਾਡਾ ਸਵਾਗਤ ਮੈਰਜਨੀ ਪਹਿਲਾ ਪੇਸ਼ ਨੇ ਚੌਂਵੀਆਂ ਖਬਰਾਂ ਕੇਂਦਰ ਵੱਲੋਂ ਜੀਓ ਸਪੇਸ਼ੀਅਲ ਸੰਬੰਧੀ ਦਿਸ਼ਾ ਨਿਰਦੇਸ਼ ਜਾਰੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦਿਸ਼ਾ ਨਿਰਦੇਸ਼ ਸਟਾਰਟਅੱਪਸ ਦੇ ਲਈ ਵੱਡੇ ਮੌਕੇ ਉਪਲਬਧ ਕਰਵਾਉਣਗੇ ਕਿਆ ਮੰਤਰੀ ਰਾਜਨਾਥ ਸਿੰਘ ਨੇ ਅੰਦਰੂਨੀ ਤੇ ਬਾਰੀ ਖਤਰਿਆਂ ਤੋਂ ਕੌਮੀ ਰਾਜਧਾਨੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਦਿੱਲੀ ਪੁਲਿਸ ਦੀ ਕੀਤੀ ਸ਼ਲਾਘਾ ਗਨਤੰਤਰ ਦਿਵਸ ਤੇ আয়োজিত ਸਰਬੋਤਮ ਮਾਰਚ ਪਾਸ ਦੇ ਲਈ ਦਿੱਲੀ ਪੁਲਿਸ ਅਤੇ ਜਾਟ ਰਜਿਮੈਂਟਲ ਸੈਂਟਰ ਨੂੰ ਐਵਾਰਡ ਦੇ ਕੇ ਕੀਤਾ ਸਨਮਾਨਿਤ ਕਪੜਾ ਮੰਤਰੀ ਸਮ੍ਰਿਤੀ ਰਾਣੀ ਨੇ ਜੂਟ ਦੇ ਬੀਜਾਂ ਦੀ ਵਪਾਰਕ ਵੰਡ ਦੀ ਯੋਜਨਾ ਲਾਂਚ ਕੀਤੀ ਕਿਹਾ ਕਿਸ ਦੇ ਨਾਮ ਝੂਠ ਪੈਦਾ ਕਰਨ ਵਾਲੇ 5 ਲੱਖ ਤੋਂ ਵੱਧ ਕੇ ਸਹਨਾ ਦੀ ਆਮਦਨ ਦੇ ਵਿੱਚ ਵਾਧਾ ਹੋਵੇਗਾ ਸੁਪਰੀਮ ਕੋਰਟ ਨੇ ਨਿੱਜਤਾ ਨੀਤੀ ਨੂੰ ਲੈ ਕੇ WhatsApp ਦੀ ਕੀਤੀ ਖਿਚਾਈ ਕਿਹਾ ਕਿ ਉਹਨਾਂ ਦੀ 2 ਤੇ 3 ਟ੍ਰਿਲੀਅਨ ਅਮਰੀਕੀ ਡਾਲਰ ਦੀ ਕੰਪਨੀ ਨਾਲੋਂ ਲੋਕਾਂ ਦੀ ਨਿੱਜਤਾ ਦੀ ਸੁਰੱਖਿਆ ਵਧੇਰੇ ਅਹਿਮ ਦੇਸ਼ ਵਿੱਚ ਕਰੋਨਾ ਤੋਂ ਠੀਕ ਹੋਣ ਵਾਲਿਆਂ ਦਾ ਅੰਕੜਾ 1 ਕਰੋੜ 6 ਲੱਖ 21 ਹਜ਼ਾਰ ਤੋਂ ਪਾਰ ਦੇਸ਼ ਵਿੱਚ ਹੁਣ ਤੱਕ 82.85 ਲੱਖ ਤੋਂ ਵੱਧ ਲੋਕਾਂ ਦਾ ਕੋਵਿਡ ਟੀਕਾਕਰਨ ਕੀਤਾ ਜਾ ਚੁੱਕਿਆ ਹੈ। ਰਾਸ਼ਪਤੀ, ਉਪਰਾਸ਼ਪਤੀ ਅਤੇ ਪ੍ਰਧਾਨ ਮੰਤਰੀ ਨੇ ਜਲਗਾਉਂ ਸੜਕਾਦ ਸਿੱਦੇ ਵਿੱਚ 15 ਵਿਅਕਤੀਆਂ ਦੀ ਮੌਤ ਦੇ ਦੁੱਖ ਜ਼ਾਹਰ ਕਰਦਿਆ। ਪਰਿਵਾਰ ਦੇ ਨਾਲ ਹਮਦਰਦੀ ਜਤਾਈ। ਦੂਜੇ ক্রিকেট ਟੈਸਟ ਮੈਚ ਵਿੱਚ ਭਾਰਤ ਮਜ਼ਬੂਤ ਸਥਿਤੀ ਵਿੱਚ ਜਿੱਤਦੇ ਲਈ 482 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆ ਮੈਚ ਦੇ ਤੀਜੇ ਦਿਨ ਅਜ ਇੰਗਲੈਂਡ ਤਿੰਨ ਖਿਡਾਰੀਆਂ ਪਿੱਛੇ 53 ਦੌੜਾਂ ਹੀ ਬਣਾ ਸਕਿਆ ਇਹ ਹੁਣ ਖਬਰ ਵਿਸਥਾਰ ਨਾਲ ਵਿਗਿਆਨ ਤੇ ਟੈਕਨੋਲੋਜੀ ਮੰਤਰੀ ਡਾਕਟਰ ਹਰਸ਼ਵਰਧਨ ਨੇ ਕਿਹਾ ਕਿ ਨਵੇਂ ਜੀਓਸਪੇਸ਼ੀਅਲ ਸੰਬੰਧੀ ਦਿਸ਼ਾ ਨਿਰਦੇਸ਼ ਪ੍ਰਧਾਨ ਮੰਤਰੀ ਦੇ ਆਤਮ ਨਿਰਭਰ ਭਾਰਤ ਅਤੇ ਦੇਸ਼ ਨੂੰ 5 ਟ੍ਰਿਲੀਅਨ ਡਾਲਰ ਦਾ ਅਰਥਚਾਰਾ ਬਣਾਉਣ ਦੇ ਸੰਕਲਪ ਨੂੰ ਹਾਸਲ ਕਰਨ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਣਗੇ। ਦਿਸ਼ਾ ਨਿਰਦੇਸ਼ਾਂ ਬਾਰੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਡਾਕਟਰ ਹਰਸ਼ਵਰਧਨ ਨੇ ਕਿਹਾ ਕਿ ਸਟਾਰਟਅੱਪਸ ਅਤੇ ਮੈਪਿੰਗ ਇਨੋਵੇਟਰਾਂ ਤੇ ਇਸ ਗੱਲ ਦਾ ਭਰੋਸਾ ਕੀਤਾ ਜਾਵੇਗਾ ਕਿ ਉਹ ਸਾਰੇ ਕੰਮ ਨੂੰ ਚੰਗੇ ਢੰਗ ਦੇ ਨਾਲ ਨਿਪਟਰੇ ਚਾੜਨਗੇ ਅਤੇ ਆਪਣੀ ਚੰਗੀ ਸੂਝਬੂਝ ਤੇ ਨਾਲ-ਨਾਲ ਸਰਕਾਰ ਵੱਲੋਂ ਜਾਰੀ ਕੀਤੇ ਗੇ ਇਹ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨਗੇ ਉਨ੍ਹਾਂ ਕਿਹਾ ਕਿ ਇਹ ਨੀਤੀ ਪਾਰਤੀ ਨੋਵੇਟਰਾ ਨੂੰ ਮੈਪਿੰਗ ਦੇ ਕੰਮ ਵਿੱਚ ਹੋਰ ਤਜਰਬੇ ਵਾਲਾ ਬਣਾਵੇਗੀ ਜਿਸ ਦੇ ਨਾਲ ਜ਼ਿੰਦਗੀ ਸੁਖਾਲੀ ਹੋਵੇਗੀ ਅਤੇ ਛੋਟੇ ਕਾਰੋਬਾਰ ਮਜ਼ਬੂਤ ਹੋਣਗੇ ਅਸ਼ਵਰਧ ਨੇ ਕਿਹਾ ਕਿ ਨਕਸ਼ੇ ਅਤੇ ਸਹੀ ਜੀਓਸ ਪੈਟੀਅਲ ਆਂਕੜੇ ਕੌਮੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਜਿਵੇਂ ਕਿ ਦਰਿਆਵਾਂ ਨੂੰ ਜੋੜਨਾ ਅਤੇ ਸਨਯਤੀ ਗਲਿਆਰਿਆਂ ਦੀ ਸਿਰਜਣਾ ਦੇ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ ਵੀ ਸਟਰੋਂਗਲੀ ਫੀਲ ਥੈਟ geospatial data is critical for success of modern industry offering location based services such as e-commerce delivery and logistics urban transport and it is also essential for traditional sectors of economy such as agriculture construction and development and also minds and minerals crowd sourcing efforts shall be encouraged by the government by to build maps ਉੱਤਰਪੂਰਵੀ ਵਿਕਾਸ bari ਰਾਜਮੰਤੀ ਡਾਕਟਰ ਜੀਤेंद्र ਸਿੰਘ ਨੇ ਕਿਹਾ ਹੈ ਕਿ ਜੀਓਸ ਪੈਟੀਅਲ ਸੈਕਟਰ ਉਦੇਸ਼ ਦੇ ਵਿੱਚ ਮਹਿਕਮ ਦੀ ਅਨਿਮਤਾ ਤੋਂ ਮੁਕਤੀ ਦਾ ਫੈਸਲਾ ਇੱਕ ਇਤਿਹਾਸਿਕ ਫੈਸਲਾ ਹੈ ਮੋਦੀ ਵਿਦ ਹਿਸ intervention and guidance we could take the decision to what i would say unlock the space sector and to open it to a great extent to private participation in a number of ways which were actually permissible and safe to begin with and this was a decision which was quite unimaginable till very recent past and i think as a follow up of that now we have moved one step further and made a history today by announcing that map making in India stands completely, completely deregulated. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀਓਸਪੇਸ਼ੀਅਲ ਆਂਕੜਾ ਦੀ ਪ੍ਰਾਪਤੀ ਅਤੇ ਉਤਪਾਦਨ ਨੂੰ ਪ੍ਰਬੰਧਿਤ ਕਰਨ ਵਾਲੀਆਂ ਨੀਤੀਆਂ ਨੂੰ ਅਦਾਰ ਬਣਾਉਣ ਦਾ ਸਵਾਗਤ ਕੀਤਾ ਹੈ। ਨਵੀਂ ਜੀਓਸਪੇਸ਼ੀਅਲ ਦਿਸ਼ਾ ਨਿਰਦੇਸ਼ ਜਾਰੀ ਕਰਨ ਨੂੰ ਪ੍ਰਾਂਤ ਆਪਣੇ ਟਵੀਟ ਸੁਨੇਹੇ ਦੇ ਵਿੱਚ ਉਹਨਾਂ ਕਹਿਆ ਕਿ ਇਹ ਫੈਸਲਾ ਆਤਮ ਨਿਰਭਰ ਭਾਰਤ ਦੇ ਨਿਰਮਾਣ ਦੇ ਟੀਚੇ ਨੂੰ ਹਾਸਲ ਕਰਨ ਵਾਲੀ ਇੱਕ ਬਹੁਤ ਵੱਡਾ ਕਦਮ ਹੈ। ਉਹਨਾਂ ਕਹਿਆ ਕਿ ਇਹ ਫੈਸਲਾ ਡਿਜੀਟਲ ਇੰਡੀਆ ਨੂੰ ਵਧੇਰੇ ਦੂਰ ਤੱਕ ਲੈ ਕੇ ਜਾਵੇਗਾ। ਰਾਖਿਆ ਮੰਤਰੀ ਰਾਜਨਾਥ ਸਿੰਘ ਨੇ ਅੰਦਰੂਨੀ ਅਤੇ ਬਾਹਰੀ ਖਤਰਿਆਂ ਤੋਂ ਕੰਮੀ ਰਾਜस्तानी ਵਿਸਰੱਖਿਆ ਨੂੰ ਜਕੀਨੀ ਬਣਾਉਣ ਦੇ ਲਈ ਦਿੱਲੀ ਪੁਲਿਸ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਇਹ ਵਿਚਾਰ ਅੱਜ ਜਾਟ ਟੁਐਜ਼ੀ ਮੈਂਟਲ ਸੈਂਟਰ ਅਤੇ ਦਿੱਲੀ ਪੁਲਿਸ ਨੂੰ ਕੰਤੰਤਰ ਦਿਵਸ ਦੀ ਪ੍ਰੇਡ ਦੌਰਾਨ ਸਰਬੋਤਮ ਪ੍ਰੇਡ ਮਾਰਚ ਦੇ ਲਈ ਟਰੋਫੀਆਂ ਐਵਾਰਡ ਕਰਨ ਦੇ ਲਈ ਆਯੋਜਿਤ ਕੀਤੀ ਇਸ ਮਗਮਦran ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਦਿੱਲੀ ਗਨਰਾਜ ਭਾਰਤ ਦਾ ਦਿਲ ਹੈ ਅਤੇ ਇਹ ਹਮੇਸ਼ਾ ਮਾੜੇ ਅੰਸ਼ਰਾ ਦੇ ਨਿਸ਼ਾਨੇ ਤੇ ਰਹਿੰਦੀ ਹੈ ਅਤੇ ਦਿੱਲੀ ਪੁਲਿਸ ਵੱਲੋਂ ਸਾਰੀ ਹੀ ਸਮਿਆ ਦੌਰਾਨ ਕੀਤੀ ਚੰਗੇ ਪੁਖਤਾ ਸੁਰੱਖਿਆ ਪ੍ਰਬੰਧ ਦਿੱਲੀ ਅਤੇ ਇਸ ਦੇ ਲੋਕਾਂ ਨੂੰ ਸੁਰੱਖਿਅਤ ਰੱਖਦੇ ਨੇ। ਦਿੱਲੀ ਪੁਲਿਸ ਨੇ ਗੋਤਮ ਪ੍ਰੀਡ ਦੇ ਦਸਤੇ ਦੀ ਨਿਯਮਿਤ ਤੌਰ ਤੇ ਟਰੋਫੀ ਜਿੱਤੀ ਹੈ ਤੇ ਇਸ ਨੂੰ ਕੇਂਦਰੀ ਹਥਿਆਰਬੰਦ ਪੁਲਿਸ ਬਲਾ ਅਤੇ ਹੋਰ ਸਹਾਇਕ ਸੇਵਾਵਾਂ ਦੇ ਵਿੱਚ ਸਭ ਤੋਂ ਸਰਬੋਤਮ ਪ੍ਰੀਡ ਕਰਨ ਵਾਲਾ ਦਸਤਾ ਐਲਾਨਿਆ ਗਿਆ ਸੀ ਚਾਤ ਕੀ ਜਾਂਟ ਰੈਜੀਮੈਂਟਲ ਸੈਂਟਰ ਨੇ ਤਿੰਨਾਂ ਸੇਵਾਵਾਂ ਦੇ ਵਿੱਚ ਸਰਬੋਤਮ ਪ੍ਰੀਡ ਦੇ ਦਸਤੇ ਦੀ ਟਰੋਫੀ ਹਾਸਲ ਕੀਤੀ ਹੈ जाट रेजीमेंटल सेंटर वो ब्रिगेडियर आदर्श के बुटेल और सूबेदार मेजर वरिंदर ने ट्रॉफी प्राप्त की थी दिल्ली पुलिस विशेष पुलिस कमिश्नर रॉबिन हिबू और सहायक पुलिस कमिश्नर विवेक भगत ने ट्रॉफी हासिल की थी राजनाथ सिंह ने बधाई दी कहा कि यह सख्त मेहनत और समर्पण भावना के किए गए काम प्रति सम्मान का प्रतीक है रक्षा मंत्री ने कहा कि कोविड उन्नी महामारी दौरान पाबंदियों के बावजूद बलों ने पूरे संयम उत्साह जोश के नाल राजपथ नाजपथ परेड की ਇਸ ਤੇ ਲਈ ਇੱਕ ਬਹੁਤ ਵੱਡਾ ਸਨਮਾਨ ਹੈ ਇਸ ਮੌਕੇ ਚੀਫ ਆਫ ਡਿਫੈਂਸ ਸਟਾਫ ਜਨਰਲ ਵਿਪਨ ਰਾਵ ਜਲ ਸੈਨਾ ਮੁਖੀ ਐਡਮਿਰਲ ਕਰਮਵੀਰ ਸਿੰਘ ਹਵਾਈ ਫੌਜ ਮੁਖੀ ਅਰਚੀਫ ਮਾਰਸ਼ਲ ਆਰ ਕੇ ਐਸ ਪਦੋਰੀਆ ਥਲ ਸੈਨਾ ਮੁਖੀ ਜਨਰਲ ਐਮ ਐਮ ਨਰਵਣੇ ਰੱਖਿਆ ਸਕੱਤਰ ਡਾਕਟਰ ਅਜੀਤ ਕੁਮਾਰ ਰੱਖਿਆ ਖੋਚ ਅਤੇ ਵਿਕਾਸ ਮਹਿਕਮੇ ਦੇ ਸਕੱਤਰ ਤੇ ਡੀ ਆਰ ਡੀ ਉਹ ਦੇ ਚੇਅਰਮੈਨ ਡਾਕਟਰ ਜੀਸ ਦੀਸ਼ ਰੈਡੀ ਅਤੇ ਰੱਖਿਆ ਮੰਤਰਾਲੇ ਤੇ ਗ੍ਰਹਿ ਮੰਤਰਾਲੇ ਦੇ ਕਈ ਸੀਨੀਅਰ ਸਿਵਲ ਅਤੇ ਸੈਨਿਕ ਅਧਿਕਾਰੀ ਵੀ ਮੌਜੂਦ ਸਨ ਕੇਂਦਰੀ ਕਪੜਾ ਮੰਤਰੀ ਸਮ੍ਰਿਤੀ ਰਾਣੀ ਨੇ ਅੱਜ ਜੂਟ ਦੇ ਬੀਜਾਂ ਦੀ ਵਪਾਰਕ ਵੰਡ ਦੀ ਸਕੀਮ ਸ਼ੁਰੂ ਕੀਤੀ। ਭਾਰਤੀ ਜੂਟ ਨਿਕਮ ਨੇ 2021-22 ਦੇ ਸਾਲ ਦੇ ਲਈ ਜੂਟ ਦੇ 1000 ਟਨ ਬੀਜਾਂ ਦੀ ਵਪਾਰਕ ਵੰਡ ਲਈ ਰਾਸ਼ਟਰੀ ਬੀਜ ਨਿਗਮ ਨਾਲ ਇੱਕ ਸਮਝੌਤਾ ਕੀਤਾ ਸੀ। ਦੇਸ਼ ਵਿੱਚ ਜੂਟ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀ ਮਦਦ ਕਰਨ ਲਈ ਕੇਂਦਰ ਵੱਲੋਂ ਕੀਤੇ ਗਏ ਕੰਮਾਂ ਤੇ ਚਾਨਣਾ ਪਾਉਂਦਿਆਂ ਰਾਣੀ ਨੇ ਕਿਹਾ ਕਿ ਸਰਕਾਰ ਨੇ ਪਿਛਲੇ 6 ਸਾਲਾਂ ਵਿੱਚ ਜੂਟ ਦੇ ਘੱਟੋ-ਘੱਟ ਸਮਰਥਨ ਮੁੱਲ ਦੇ ਵਿੱਚ 76% ਦਾ ਵਾਅਦਾ ਕੀਤਾ ਹੈ। 2021-22 ਦੇ ਵਿੱਤੀ ਸਾਲ ਲਈ ਜੂਟ ਦਾ ਘੱਟੋ-ਘੱਟ ਸਮਰਥਨ ਮੁੱਲ 4 ₹225 ਪ੍ਰਤੀ ਕੁਇੰਟਲ ਤੱਕ ਕੀਤਾ ਗਿਆ ਜਦਕਿ 2014-15 ਦੇ ਸਾਲ ਵਿੱਚ ਇਸ ਦੀ ਕੀਮਤ ₹2400 ਪ੍ਰਤੀ ਕੁਇੰਟਲ ਸੀ ਕਪੜਾ ਮੰਤਰੀ ਨੇ ਕਿਹਾ ਕਿ ਜੂਟ ਦੇ ਵਿਚਾਂ ਦੀ ਉੱਚ ਉਤਪਾਦਕਤਾ ਵਾਲੀ ਕਿਸਮ ਦੇਸ਼ ਦੇ ਵਿੱਚ 5 ਲੱਖ ਜੂਟ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਮਦਦ ਕਰੇਗੀ ਇਰਾਨੀ ਨੇ ਕਿਹਾ ਕਿ ਖੇਤੀਬਾੜੀ ਮੰਤਰਾਲਾ ਤੇ ਕਪੜਾ ਮੰਤਰਾਲਾ ਜੂਟ ਪੈਦਾ ਕਰਨ ਵਾਲੇ ਕਿਸਾਨਾਂ ਦੀ ਸਹਾਇਤਾ ਲਈ ਹਰ ਸੰਭਵ ਉਪਰਾਲਾ ਕਰ ਰਿਹਾ ਹੈ ਉਨ੍ਹਾਂ ਦੱਸਿਆ ਕਿ ਕੇਂਦਰ ਵੱਲੋਂ ਲਏ ਗਏ ਜੂਟ ਸਮੱਗਰੀ ਦੀ ਲਾਜ਼ਮੀ ਪੈਕੇਜਿੰਗ ਦੇਸ਼ ਦੇ 40 ਲੱਖ ਖੇਤੀ ਆਦਾਰਤ ਲੋਕਾਂ ਸਮੇਤ 4 ਲੱਖ ਤੋਂ किसानों सीधे तौर पर लाभ पहुंचाएगी उन्हें भी दस है कि मगनरेगा अधीन जूट रेटिंग टैंक के लिए खुदाई का काम केंद्रीय योजनावा अधीन चाली लाख व्यक्तियों के लिए काम की सृजना में मदद करेगा अगस्त 2020 में जो सिलसिला शुरू हुआ था 60 मेट्रिक टन सीड्स का वो बढ़कर अगस्त 2020 में संकल्प नया स्थापित हुआ दस क्विंटल हाई वेराइटी सर्टिफाइड सीड्स का आज ये कहते हुए मैं अभिभूत हूं कि आपके इन प्रयासों की वजह से देश के पांच लाख जूट किसानों को फायदा होगा साल 2014-15 में जूट में एमएसपी 2,400 रुपए था जो बढ़ के साल 2020-21 में 4,225 रुपए हुआ ਸੁਪਰੀਮ ਕੋਰਟ ਨੇ ਸੋਸ਼ਲ ਮੀਡੀਆ ਦੀ ਨਿੱਜਤਾ ਨੀਤੀ ਦੇ ਮੁੱਦੇ ਤੇ ਵਿਸ਼ਵ ਦੇ ਸਭ ਤੋਂ ਵੱਡੇ ਸੋਸ਼ਲ ਮੀਡੀਆ ਪਲੇਟਫਾਰਮ WhatsApp ਦੀ ਖਿਚਾਈ ਕੀਤੀ ਹੈ ਇਸ ਮੁੱਦੇ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਕਪਟੀਸ਼ਨ ਤੇ ਸੁਣਵਾਈ ਕਰਦਿਆਂ ਸਰਵਚੌਦਾਲਤ ਦੇ 3 ਮੈਂਬਰੀ ਬੈਂਚ ਨੇ ਤਿੱਖੀ ਟਿੱਪਣੀ ਕੀਤੀ ਅਤੇ ਕਿਹਾ ਕਿ ਤੁਹਾਡੀ ਕੰਪਨੀ ਪਾਵੇਂ 2-3 ਟ੍ਰਿਲੀਅਨ ਅਮਰੀਕੀ ਡਾਲਰ ਦੀ ਹੋਵੇਗੀ ਪਰ ਲੋਕਾਂ ਦੀ ਨਿੱਜਤਾ ਉਸ ਨਾਲੋਂ ਵੀ ਵਧੇਰੇ ਵੱਡਮੁੱਲੀ ਹੈ ਤੇ ਸਾਡਾ ਫਰਜ਼ ਹੈ ਕਿ ਅਸੀਂ ਉਹਨਾਂ ਦੀ ਨਿੱਜਤਾ ਦੀ ਸੁਰੱਖਿਆ ਕਰੀਏ ਨਿੱਜਤਾ ਨੀਤੀ ਵਿੱਚ ਨਾਗਰਿਕਾਂ ਦੀ ਸੁਰੱਖਿਆ ਦੀ ਮੰਗ ਕਰਨ ਵਾਲੀਆਂ ਤਾਜ਼ੀਆਂ ਪਟੀਸ਼ਨਾਂ ਨਾ ਵਿੱਚ ਮੈਸੇਜ ਸੇਵਾਵਾਂ ਤੇ ਕੇਂਦਰ ਤੋਂ ਮੰਗੇ ਗਏ ਜਵਾਬ ਦੇ ਮੁੱਦੇ ਤੇ ਚੀਫ ਜਸਟਿਸ ਐਸ ਏ ਬੋਬੇ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੇ ਕਿਹਾ ਕਿ ਅਸੀਂ ਇਸ ਮੁੱਦੇ ਤੇ ਨੋਟਿਸ ਜਾਰੀ ਕਰਾਂਗੇ ਬੈਂਚ ਨੇ ਕਿਹਾ ਕਿ ਲੋਕਾਂ ਦਾ ਇਹ ਵਿਚਾਰ ਹੈ ਕਿ ਕਿਸੇ ਵਿਅਕਤੀ ਵੱਲੋਂ ਕਿਸੇ ਹੋਰ ਵਿਅਕਤੀ ਨੂੰ ਸੁਨੇਹਾ ਭੇਜਿਆ ਜਾਂਦਾ ਹੈ ਅਤੇ ਸਾਰੇ ਮਾਮਲੇ ਦਾ ਖੁਲਾਸਾ ਫੇਸਬੁਕ ਤੇ ਹੋ ਜਾਂਦਾ ਹੈ ਸੋਸ਼ਲ ਮੀਡੀਆ ਦੀ ਨਿੱਜਤਾ ਨੀਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੀ ਸੁਣਵਾਈ ਕਰਦਿਆਂ ਬੈਂਚ ਨੇ ਇਹ ਗੱਲ ਕਹੀ ਵਟਸਐਪ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲਾਂ ਕਪਿਲ ਸਿੰਭਲ ਅਤੇ ਅਰਵਿੰਦ ਦਾਤਾ ਨੇ ਕਿਹਾ ਕਿ ਯੂਰਪ ਦੇ ਕਾਨੂੰਨ ਵਕਰੇ ਨਹੀਂ ਅਤੇ ਸੰਦੇਸ਼ ਸੇਵਾ ਦੀ ਨਵੀਂ ਨਿੱਜਤਾ ਨੀਤੀ ਅਮਰੀਕੀ ਆਸਟ੍ਰੇਲੀਆ ਤੇ ਹੋਰ ਨਾਲ ਦੇਸ਼ਾਂ ਦੀ ਤਰਜ਼ ਤੇ ਹੀ ਹੈ ਸਿੰਬਲ ਦੇ ਕਿਹਾ ਕਿ ਇਹ ਮਾਮਲਾ ਪਹਿਲਾਂ ਤੋਂ ਦਿੱਲੀ ਹਾਈ ਕੋਰਟ ਵਿੱਚ ਹੈ ਦੇਸ਼ ਵਿੱਚ ਕੋਵਿਡੂ ਦੀ ਮਹਾਮਾਰੀ ਤੋਂ 1 ਕਰੋੜ 6 ਲੱਖ 2200 ਮਰੀਜ਼ ਸਿਹਤਯਾਬ ਹੋ ਚੁੱਕੇ ਨੇ ਇਨ੍ਹਾਂ ਦੇ ਵਿੱਚ ਬੀਤੇ ਕੱਲ ਠੀਕ ਹੋਏ 949 ਮਰੀਜ਼ ਵੀ ਸ਼ਾਮਲ ਨੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਇੱਕ ਬਲਰਿੰਗ ਦੱਸਿਆ ਕਿ ਪਿਛਲੇ 24 ਘੰਟਿਆਂ ਦੇ ਵਿੱਚ 11711 ਨਵੇਂ ਕੋਰੋਨਾ ਮਾਮਲਿਆਂ ਦੇ ਸਾਹਮਣੇ ਆਉਣ ਦੇ ਨਾਲ ਦੇਸ਼ ਦੇ ਵਿੱਚ ਪੁਸ਼ਟੀ ਵਾਲੇ ਮਾਮਲਿਆਂ ਦੀ ਕੁੱਲ ਗਿਣਤੀ 1 ਕਰੋੜ 9 ਲੱਖ 1659 ਹੋ ਗਈ ਹੈ ਬੀਤੇ ਦਿਨ 90 ਹੋਰ ਵਿਅਕਤੀਆਂ ਦੀ ਮੌਤ ਹੋਣ ਦੇ ਨਾਲ ਦੇਸ਼ ਵਿੱਚ ਕੋਰੋਨਾ ਦੇ ਨਾਲ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 155732 ਤੱਕ ਪਹੁੰਚ ਗਈ ਹੈ ਇਤਿ ਦਿਨ ਕੋਰੋਨਾ ਕਾਰਨ ਹੋਈਆਂ 90 ਮੌਤਾਂ ਦੇ ਵਿੱਚ ਮਹਾਰਾਸ਼ਟਰ ਤੋਂ 40, ਕੇਰਲ ਤੋਂ 15, ਪੰਜਾਬ ਤੋਂ 3, ਕਰਨਾਟਕ ਤੋਂ 2, ਤਾਮਿਲਨਾਡੂ ਤੋਂ 6 ਅਤੇ ਛਤੀਸਗੜ੍ਹ ਤੋਂ ਇੱਕ ਵਿਅਕਤੀ ਸ਼ਾਮਲ ਹੈ। ਮੰਤਰਾਲਾ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਹੁਣ ਤੱਕ 82,85,295 ਲੋਕਾਂ ਨੂੰ ਕੋਵਿਡ ਟੀਕਾ ਲਗਾਇਆ ਜਾ ਚੁੱਕਿਆ ਹੈ। ਭਾਰਤੀ ਮੈਡੀਕਲ ਖੋਜ ਪਰਿਸ਼ਦ ਅਨੁਸਾਰ ਹੁਣ ਤੱਕ 2 ਕਰੋੜ 67 ਲੱਖ 16,634 ਵਿਅਕਤੀਆਂ ਦੇ ਨਮੂਨੇ ਟੈਸਟ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਬੀਤੇ ਦਿਨ ਟੈਸਟ ਕੀਤੇ ਗਏ 4,86,122 ਨਮੂਨੇ ਵੀ ਸ਼ਾਮਲ ਨੇ। ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਉਪਰਾਸ਼ਟਰਪਤੀ ਐਮ.ਬੀ.ਐਨ.ਕੇ.ਐਨ.ਆਈ.2 ਨੇ ਮਹਾਰਾਸ਼ਟਰ ਦੇ ਜਲਗਾਉਂ ਜ਼ਿਲ੍ਹੇ ਦੇ ਵਿੱਚ ਇੱਕ ਸੜਕ ਹਾਦਸੇ ਵਿੱਚ ਮਾਰੇ ਗਏ 15 ਵਿਅਕਤੀਆਂ ਦੇ ਪਰਿਵਾਰਾਂ ਦੀ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। ਕੋਵਿੰਦ ਨੇ ਸਹਾਦਤ ਸਤੂ ਪੀੜਤ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਦਿਆ ਕਿਹਾ ਕਿ ਉਹ ਉਨ੍ਹਾਂ ਦੇ ਨਾਲ ਆਪਣੀ ਸੰਵੇਦਨਾ ਜ਼ਾਹਰ ਕਰਦੇ ਨੇ। ਉਪਰਾਸ਼ਟਰਪਤੀ ਐਮ.ਬੀ.ਐਨ.ਕੇ.ਐਨ.ਆਈ.2 ਨੇ ਕਿਹਾ ਕਿ 15 ਲੋਕਾਂ ਦੀ ਮੌਤ ਹੋਣ ਤੇ ਉਨ੍ਹਾਂ ਨੂੰ ਬਹੁਤ ਦੁੱਖ ਹੈ। ਉਨ੍ਹਾਂ ਇਸ ਹਾਦਸੇ ਵਿੱਚ ਜ਼ਖਮੀ ਹੋਏ ਵਿਅਕਤੀਆਂ ਦੀ ਛੇਤੀ ਠੀਕ ਹੋਣ ਦੀ ਕਾਮਨਾ ਵੀ ਕੀਤੀ। ਪ੍ਰਧਾਨ ਮੰਤਰੀ ਵਿਰੇਂਦਰ ਮੋਦੀ ਨੇ ਵੀ ਇਸ ਹਾਦਸੇ ਵਿੱਚ ਮਾਰੇ ਗਏ 15 ਵਿਅਕਤੀਆਂ ਦੀ ਮੌਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ ਇੱਕ ਟਵੀਟ ਦੇ ਵਿੱਚ ਪ੍ਰਧਾਨ ਮੰਤਰੀ ਨੇ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਲੋਕਾਂ ਦੇ ਛੇਤੀ ਸਿਹਤ ਯਾਬ ਹੋਣ ਦੀ ਕਾਮਨਾ ਵੀ ਕੀਤੀ ਇਹ ਹਾਦਸਾ ਬੀਤੀ ਰਾਤ ਜਲਗਾਉਂ ਜ਼ਿਲ੍ਹੇ ਦੇ ਵਿੱਚ ਕਿਨਗਾਉਂ ਪਿੰਡ ਨੇੜੇ ਉਸ ਵਿਲੀ ਹੋਇਆ ਸੀ ਜਦੋਂ ਪਪੀਤੇ ਫਲ ਦੇ ਨਾਲ ਭਰਿਆ ਇੱਕ ਟਰੱਕ ਸੜਕ ਤੇ ਉਲਟ ਗਿਆ ਇਸ ਹਾਦਸੇ ਦੇ ਵਿੱਚ ਮਰਨ ਵਾਲਿਆਂ ਵਿੱਚ 7 ਪੁਰਸ਼ 6 ਮਹਿਲਾਵਾਂ ਅਤੇ 2 ਬੱਚੇ ਸ਼ਾਮਲ ਨੇ ਅਤੇ ਇਹ ਸਾਰੇ ਲੋਕ ਜ਼ਿਲ੍ਹੇ ਦੇ ਅਬੋੜਾ ਕਰਹਾਲਾ ਅਤੇ ਰਵੀਰ ਪਿੰਡਾਂ ਦੇ ਵਸਨੀਕਾਂ ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਹਾਦਸਾ ਕਿਨ ਗਾਉਂ ਪਿੰਡ ਦੇ ਇੱਕ ਮੰਦਰ ਨੇੜੇ ਅਧੀ ਰਾਤ ਤੋਂ ਬਾਅਦ ਪਪੀਤਾ ਫਲ ਦੇ ਨਾਲ ਪਰੇ ਇੱਕ ਟਰੱਕ ਦੇ ਉਲਟ ਜਾਣ ਕਾਰਨ ਹੋਇਆ ਇਸ ਹਾਦਸੇ ਦੇ ਵਿੱਚ ਪੰਜ ਮਜ਼ਦੂਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਅਤੇ ਉਨ੍ਹਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਪਾਕਿਸਤਾਨੀ ਫੌਜ ਨੇ ਅੱਜ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਤੰਗਤਾਰ ਸੈਕਟਰ ਦੇ ਵਿੱਚ ਅਗਲੀਆਂ ਚੌਕੀਆਂ ਤੇ ਨਿਵਾਹ ਗੋਲੀਬਾਰੀ ਕੀਤੀ ਅਤੇ ਮੋਰਟਾਰ ਗੋਲੇ ਦਾਗੇ ਸਰਕਾਰੀ ਸੂਤਰਾਂ ਨੇ ਸ਼੍ਰੀਨਗਰ ਦੇ ਵਿੱਚ ਦੱਸਿਆ ਕਿ ਪਾਕਿਸਤਾਨ ਦੀ ਫੌਜ ਨੇ ਬਿਨਾਂ ਕਿਸੇ ੜਕਹੜ ਦੇ ਤੰਗਤਾਰ ਸੈਕਟਰ ਦੇ ਤੀਤਵਲ ਖੇਤਰ ਵਿੱਚ ਕੰਟਰੋਲ ਲੇਖਾ ਦੇ ਨਾਲ ਲੱਗਦੀਆਂ ਮੋਰਲੀਆਂ ਚੌਕੀਆਂ ਤੇ ਪਿੰਡਾਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਅਤੇ ਮੋਰਟਾਰ ਦੇ ਗੋਲੇ ਦਾਗੇ ਸੂਤਰਾਂ ਨੇ ਦੱਸਿਆ ਕਿ ਭਾਰਤੀ ਫੌਜ ਵੱਲੋਂ ਵੀ ਪਾਕਿਸਤਾਨੀ ਫੌਜ ਦੀ ਇਸ ਹਰਕਤ ਦਾ ਮੂੰਹ ਤੋੜਵਾ ਜਵਾਬ ਦਿੱਤਾ ਸੂਤਰਾਂ ਨੇ ਦੱਸਿਆ ਕਿ ਸਰਹੱਦ ਪਾਰੋਂ ਅਤਵਾ ਨੂੰ ਭਾਰਤੀ ਖੇਤਰ ਵਿੱਚ ਦਾਖਲ ਕਰਵਾਉਣ ਦੇ ਲਈ ਪਾਕਿਸਤਾਨ ਦੀ ਫੌਜ ਵੱਲੋਂ ਗੋਰੀਬਾਲੀ ਕਰਕੇ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਸੂਤਰਾਂ ਨੇ ਦੱਸਿਆ ਹੈ ਕਿ ਭਾਰਤੀ ਫੌਜ ਸਰਹੱਦ ਪਾਰੋਂ ਕਿਸੇ ਵੀ ਤਰ੍ਹਾਂ ਦੀ ਕੋਸਪੈਟ ਨੂੰ ਰੋਕਣ ਲਈ ਪੂਰੀ ਤਰ੍ਹਾਂ ਦੇ ਨਾਲ ਚੌਕਸ ਹੈ ਚੇਨਈ ਵਿੱਚ ਖੇਡੇ ਜਾ ਰਹੇ ਦੂਜੇ ਕ੍ਰਿਕਟ ਟੈਸਟ ਮੈਚ ਵਿੱਚ ਭਾਰਤ ਮਜ਼ਬੂਤ ਸਥਿਤੀ ਦੇ ਵਿੱਚ ਅਤੇ ਜਿੱਤ ਦੀ ਰਾਹ ਤੇ ਅੱਗੇ ਵਧਦਾ ਨਜ਼ਰ ਆ ਰਿਹਾ ਹੈ ਮੈਚ ਦੇ ਤੀਜੇ ਦਿਨ ਦਾ ਖੇਡ ਖਤਮ ਹੋਣ ਸਮੇਂ ਇੰਗਲੈਂਡ ਦੀ ਟੀਮ ਨੇ ਭਾਰਤ ਵੱਲੋਂ ਜਿੱਤ ਲਈ ਦਿੱਤੇ ਗਏ 482 ਦੌੜਾਂ ਦੇ ਪਿੱਛੇ ਦਾ ਪਿੱਛਾ ਕਰ ਦਿਆ ਆਪਣੀ ਦੂਜੀ ਪਾਰੀ ਦੇ ਵਿੱਚ ਤਿੰਨ ਖਿਡਾਰੀਆਂ ਪਿੱਛੇ ਸਿਰਫ 53 ਦੌੜਾਂ ਹੀ ਬਣਾਈਆਂ ਸਨ ਅਤੇ ਉਸ ਨੂੰ ਜਿੱਤ ਦੇ ਲਈ ਅਜੇ 429 ਦੋੜਾਂ ਦੀ ਹੋਰ ਲੋੜ ਹੈ ਭਾਵੇਂ ਇਸ ਮੈਚ ਦੇ ਦੋ ਦਿਨ ਅਜੇ ਬਾਕੀ ਨੇ ਪਰ ਟੀਚਾ ਕਾਫੀ ਵੱਡਾ ਹੈ ਇਸ ਤੋਂ ਪਹਿਲਾਂ ਭਾਰਤ ਦੀ ਟੀਮ ਨੇ ਆਪਣੀ ਦੂਜੀ ਪਾਰੀ ਦੇ ਵਿੱਚ ਆਰ ਅਸ਼ਵਿਨ ਦੀਆਂ 106 ਅਤੇ ਕਪਤਾਨ ਵਿਰਾਟ ਕੋਹਲੀ ਦੀਆਂ 80 ਦੋੜਾਂ ਦੀ ਬਦੌਲਤ 286 ਦੋੜਾਂ ਬਣਾਈਆਂ ਜਦਕਿ ਪਹਿਲੀ ਪਾਰੀ ਦੇ ਵਿੱਚ ਭਾਰਤ 329 ਦੋੜਾਂ ਬਣਾਉਣ ਵਿੱਚ ਕਾਮਯਾਬ ਹੋਇਆ ਸੀ ਇੰਗਲੈਂਡ ਪਹਿਲੀ ਪਾਰੀ ਵਿੱਚ ਸਿਰਫ 134 ਦੋੜਾਂ ਹੀ ਬਣਾ ਸਕਿਆ ਤੇ ਹੁਣ ਦੂਜੀ ਪਾਰੀ ਦੇ ਵਿੱਚ ਵੀ ਉਸ ਦੀ ਸਥਿਤੀ ਖਸਤਾ ਹੈ ਪਲਕੇ ਚੌਥੇ ਦਿਨ ਦਾ ਮੈਚ ਕਾਫੀ ਦਿਲਚਸਪ ਰਣਨੀ ਦੀ ਸੰਭਾਵਨਾ ਹੈ ਮੈਚ ਦੇ ਚੌਥੇ ਦਿਨ ਇੰਗਲੈਂਡ ਦੀ ਟੀਮ ਤਿੰਨ ਖਿਡਾਰੀਆਂ ਪਿੱਛੇ 53 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕਰੇਗੀ ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ ਨਮਸਕਾਰ